ਤੁਹਾਡੇ ਇਲਾਕੇ ਦਾ ਹੀ ਇੱਕ ਸੱਜਣ ਮੈਨੂੰ ਕਹਿੰਦਾ ਮੇਰਾ ਹੱਥ ਬੜਾ ਟਾਈਟ ਹੈ, ਆਖੋ ਸਾਥ ਹੱਥ ਟਾਈਟ ਬੜਾ। ਉਹ ਕਿਸੇ ਮਕਾਨ ਲੈਣਾ ਹੋਵੇ ਮਕਾਨ ਸੌਦਾ ਕਰਦਾ ਉਹਦੀ ਆ ਕੇ ਰੱਖਦਾ, ਕਹਿੰਦਾ ਸਾਲ ਹੋਇਆ ਸੌਦਾ ਹੀ ਨੀ ਕੋਈ ਲੱਗਾ, ਆਖੋ ਸਾਥ ਰੋਟੀ ਔਖੀ ਹੋਈ। ਮੈਂ ਕਿਹਾ ਨਿਤਨੇਮ ਕੀ ਤੇਰਾ? ਉਹਨੇ ਜੋ ਨਿਤਨੇਮ ਦੱਸਿਆ ਉਹਦੇ ਵਿੱਚ ਆਹ ਦੱਸਿਆ, ਕਹਿੰਦਾ ਮੈਂ 2 ਘੰਟੇ ਬਾਬਾ ਦੀਪ ਸਿੰਘ ਦੇ ਦਰ ਤੇ ਜੋੜਿਆਂ ਦੀ ਸੇਵਾ ਕਰਦਾ ਰਹੋ 2 ਘੰਟੇ। ਮੈਂ ਕਿਹਾ ਬਾਬਾ ਜੀ ਦੇ ਸਥਾਨ ਤੇ ਤੂੰ 2 ਘੰਟੇ ਸੇਵਾ ਕਰਦਾ ਹੋਵੇ ਤੇਰਾ ਹੱਥ ਟਾਈਟ ਹੋਵੇ ਕਿਤੇ ਘੁੰਡੀ ਹੈਗੀ ਕਿਤੇ ਹੋਏਗਾ। ਇਹ ਪਿਓ ਦੀ ਹੋਈ ਮੈਂ ਕਹਿ ਰਿਹਾ। ਦਾਸ ਨੇ ਇੰਨਾ ਹੀ ਕਿਹਾ, ਮੈਂ ਕਿਹਾ ਇੱਕ ਗੱਲ ਦੱਸ ਕੀ, ਮੈਂ ਕਿਹਾ ਜਦੋਂ 2 ਘੰਟੇ ਸੇਵਾ ਕਰਦਾ ਵਿੱਚ ਆਪ ਚ ਸੇਵਾ ਕਰਨ ਵਾਲੇ ਗੱਲਾਂ ਤੇ ਨਹੀਂ ਮਾਰਦੇ, ਆਪਸ ਆਪਣੀ ਗੱਲਾਂ ਗੁੱਲਾਂ ਤੇ ਨਹੀਂ ਮਾਰਦੇ, ਚੁੱਪ ਦਾ ਚੁੱਪ ਇੰਜ ਸਿਰ ਲਾਇਆ, ਕਹਿੰਦਾ ਗੱਲਾਂ ਤੇ ਮਾਰਦੇ ਆਪਸ ਸਾਥ। ਮੈਂ ਕਿਹਾ ਸੱਚ ਦੱਸੀ, ਜਦੋਂ ਗੱਲਾਂ ਮਾਰਦੇ ਹੋ ਤੇ ਫਿਰ ਗੱਲਾਂ ਤੋਂ 2-3 ਮਿੰਟ ਬਾਅਦ ਵਿੱਚ ਕਿਸੇ ਨਾ ਕਿਸੇ ਦੀ ਨਿੰਦਿਆ ਸ਼ੁਰੂ ਹੋ ਜਾਂਦੀ, ਕਦੀ ਨੋਟ ਕਰਿਓ ਹੋ ਜਾਂਦੀ, ਚੁੱਪ ਦਾ ਚੁੱਪ ਨਾਲ ਹੀ ਸਿਰ ਲਾ ਜਾਂਦਾ, ਕਹਿੰਦੇ ਨਿੰਦਿਆ ਤੇ ਸ਼ੁਰੂ ਹੋ ਜਾਂਦੀ ਆਪੋ ਸਾਧ। ਕਦੀ ਕਹਿੰਦੇ ਆ ਫਲਾਣੀ ਸਰਕਾਰ ਬੜੀ ਮਾੜੀ ਉਹਨੇ ਕੱਖ ਨਹੀਂ ਕੀਤਾ, ਕਦੀ ਕਹਿੰਦੇ ਉਹ ਤੁਹਾਨੂੰ ਪਤਾ ਹੀ ਮੈਂ ਇਸ਼ਾਰਾ ਹੀ ਦਿੱਤਾ ਹੋ ਗਏ ਕੰਮ ਸ਼ੁਰੂ, ਕਦੇ ਕਿਸੇ ਦੇ ਕੱਪੜੇ ਧੋਦੇ ਕਦੇ ਕਿਸੇ ਨਿੰਦ ਕਮਰੇ ਕੱਪੜੇ ਧੋਏ, ਉਹ ਮਾੜਾ ਲੈ ਕੇ ਬਸ ਆਹ ਕਮੀ ਹੈ। ਕਿਸੇ ਨੂੰ ਫਤਿਹ ਬੁਲਾਉਣੀ ਪਵੇ ਸੇਵਾ ਕਰਦਿਆਂ ਬੁਲਾਈ, ਬੜੀ ਜ਼ਰੂਰੀ ਗੱਲ ਕਰਨੀ ਹੋਵੇ ਹਾਂ ਨਾ ਵਿੱਚ ਉਨੀ ਕੁ ਕਰੀ, ਉਹ 2 ਘੰਟੇ ਜਿਹੜੀ ਸੇਵਾ ਕਰਨੀ ਹੈ। ਮੈਂ ਕਿਹਾ 4 ਵਾਰੀ 6 ਵਾਰੀ 8 ਵਾਰੀ 10 ਵਾਰੀ ਵਾਹਿਗੁਰੂ ਵਾਹਿਗੁਰੂ ਜਿੰਨੀ ਅਰਜੀ ਬੋਲਿਆ ਜਾਵੇ, 8, 10, 12 ਵਾਰੀ ਤੋਂ ਬਾਅਦ ਇੱਕ ਵਾਰੀ ਵਿੱਚ ਪਿਆਰ ਨਾਲ ਕਹਿ ਦੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਵਾਹਿਗੁਰੂ ਵਾਹਿਗੁਰੂ ਨਾਲਾ ਸੇਵਾ ਕਰੀ ਮਨ ਚ ਧਾਰ ਲੈ, ਉਹ ਗੱਲ ਨਹੀਂ ਕਰਨੀ। ਹੰਕਾਰੀ ਨਹੀਂ ਬਣਨਾ ਵੀ ਮੈਂ ਚੁੱਪ ਰਹਿਣਾ, ਜ਼ਰੂਰੀ ਜੀ ਗੱਲ ਕਰਨਾ ਚਰਚਾ ਇਹ ਦਰਗਾਹੀ ਜਗ੍ਹਾ, ਯਕੀਨ ਜਾਣੇ ਹੋ। ਹੁਣ ਜਦੋਂ ਬਰੀਕੀ ਨਿਕਲ ਗਈ ਵਿੱਚੋਂ ਕਮੀ ਨਿਕਲ, ਕਿਤੇ ਕਮੀ ਸੀ ਐਡੇ ਵੱਡੇ ਸਥਾਨ ਤੇ ਫਿਰ ਹੱਥ ਟਾਈਟ ਰਹਿ ਜੇ, ਉਹ ਤੇ ਸਭ ਕੁਝ ਕਰ ਸਕਦੇ ਸੀ। ਉਹ ਫਿਰ ਜੁਗਤੀ ਫੜਨ ਦੀ ਦੇਰ ਸੀ, 15 ਦਿਨਾਂ ਦੀ ਸੌਦਾ ਹੋ ਗਿਆ, ਕਹਿੰਦਾ 40,000 ਦਲਾਲੀ ਮਿਲ ਗਈ ਹੈ, 3 ਮਹੀਨਿਆਂ ਦੀ ਰੋਟੀ ਨਿਕਲ ਆਈ ਆਪੋ ਸਾਥ। ਮੈਂ ਕਿਹਾ ਬਾਬਾ ਜੀ ਨੇ ਜੋ ਆਪਣੇ ਅਸਥਾਨ ਤੇ, ਬਾਬਾ ਜੀ ਕਹਿੰਦੇ ਭਗਤੀ ਕਰੋ ਭਾਈ, ਇਹ ਦੂਜਾ ਭਲਿਆਰ ਜਾਣਾ, ਪਹਿਲਾਂ ਧੰਨ ਬਾਬਾ ਦੀਪ ਸਿੰਘ ਕਹਿਣਾ ਰਸਨਾ ਰਾਹੀਂ, ਦੂਜਾ ਭਲਿਆਰ ਭਗਤ ਦੇ ਅਸਥਾਨ ਤੇ ਸਰੀਰ ਕਰਕੇ ਕੋਈ ਸੇਵਾ ਨਾਲ ਸਿਮਰਨ, ਤੀਜਾ ਭਲਿਆਰ ਜਾਣਾ ਇਹ ਸੁਣਿਓ ਪਿਆਰ ਨਾਲ, 8-9 ਮਿੰਟ ਰਹਿ ਗਏ, ਤੀਜਾ ਭਲਿਆਰ ਜਾਣਾ ਜੋ ਬਾਬਾ ਦੀਪ ਸਿੰਘ ਨੇ ਕਮਾਇਆ ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ, ਪਰ 5-10 ਪੈਸੇ ਉਹਨਾਂ ਜੋ ਕਮਾਇਆ ਉਹਦੇ ਮਗਰ ਚੱਲੀਏ। ਆਖੋ ਸਾਧਨਾ।